हम जहाँ साहब हैं ये गोजरा में हमारे साथ इधर पढ़ाते हैं, ये बहुत अच्छे टीचर और काबिल टीचर हैं, माया नाथ टीचर हैं, गोजरा की शान है ये हमारे गोजरा की, और इनके साथ हम आज बहुत अच्छे अच्छे क्लिप लेंगे और हम आपको दिखाएंगे। चलें मां ने इन्होंने परां तेरे रात में रख लेना, इन्हों का प्यार देखो। साड़ी मुर्गी ने जनाब चूजे जेड़े ना सारे सील ने, प्योर असील मुर्गी है, बच्चे भी सारे असील ने, अलहम्दुलिल्लाह सारे काले बच्चे ये आ। चार चूजे जेड़े अंडे ना एक दोस्त ने चाचू साढ़े लगते थे उन्होंने अपने रखवाए थे, कढ़वाए ना थले लगे ने सारे। तो मेरा ख्याल मैं भी अपनी जिंदगी पहली बार एडा वड्डा कद्दू देखा। लो जी हम आज आपको दिखाते हैं जी, ये जी पाकिस्तान में मेरा नहीं ख्याल के पहले आपने कभी इतना बड़ा जो है जिन्होंने पाकिस्तानी जबान से असी कद्दू कहने हैं को देखा होगा। लो जी ये जी हमारे कैमरामैन साहब आप इसको थोड़ा सा इधर व्यू करवाइएगा, ये भी हमने तोड़ा नहीं है इसको। वजन है जनाब मेरा तकरीबन कोई 6 किलो 5.5 किलो के पास होगा। ये काफ़ी वेट है इसका, ये मेरे से भी उसे उठाया जा रहा है इसलिए मैंने दोनों हाथ से पकड़ा हुआ इसको। लो जी अपनी आई वाहनावे हो गई साफ, अब आप तनावल फरमा सकते हैं।
ਅਸਲਾਮੁਅਲੈਕੁਮ ਜੀ ਜਨਾਬ ਚਾਚਾ ਜੀ ਕੋਲੇ ਆਏ ਹਾਂ ਚਾਚਾ ਜੀ ਕੀ ਹਾਲ ਹੈ ਠੀਕ ਹੋ ਖੈਰ ਅੱਛਾ ਜੀ ਅਸੀਂ ਵੈਸੇ ਤਾਂ ਵੀਡੀਓ ਉਰਦੂ 'ਚ ਬਣਾਈ ਦੀ ਹੈ ਲੇਕਿਨ ਸਾਡੇ ਚਾਚਾ ਜੀ ਜਿਹੜੇ ਆ ਸਿਆਣੇ ਬੰਦੇ ਨੇ ਇਹ ਪੰਜਾਬੀ ਬੰਦੇ ਨੇ ਪੰਜਾਬੀ ਦੀ ਗੱਲ ਕਰਨਗੇ ਅਤੇ ਜੀ ਆਹ ਕੋਈ ਡੇਰੇ ਦੇ ਮੁਤਲਕ ਬੰਦਿਆਂ ਨੇ ਵੀਡੀਓ ਬਣਾਈ ਕੋਈ ਦੱਸੋ ਮਾਸ਼ਾਅੱਲਾ ਜਾਨਵਰ ਬੱਕਰੀ ਦੇ ਬਾਰੇ 'ਚ ਇਹਦੀ ਕਿੱਦਾਂ ਦੀਆਂ ਨਸਲਾਂ ਹੁੰਦੀਆਂ ਆਪਣੇ ਕੋਲ ਕਿਹੜੀ ਨਸਲ ਆ ਇਹਦੀ ਉਮਰ ਕਿੰਨੀ ਆ ਸਾਡੇ ਕੋਲ ਦੇਸੀ ਆ ਨਾ ਟੈਡੀ ਆ ਹਾਂਜੀ ਰੋਗਲੀ ਪੱਟ ਸਾਡੇ ਠੀਕ ਨਾ ਦੇਸੀ ਨਾ ਟੈਡੀ ਸਹੀ ਯਾਨੀ ਆਪਣੇ ਇਲਾਕੇ ਦੇ ਹਿਸਾਬ ਨਾਲ ਚੰਗੀਆਂ ਬੱਕਰੀਆਂ ਇਹ ਸਾਡੇ ਇਲਾਕੇ 'ਚ ਚੁਗਦੀ ਹੋਈ ਬੱਕਰੀ ਦੂਜੀ ਬੱਕਰੀ ਬਚਦੀ ਨਹੀਂ ਜਿਹੜੀ ਦੇਸੀ ਹਾਂਜੀ ਜਾਂ ਫਿਰ ਪਾਲਣੀ ਹੋਣ ਤਾਂ ਚੋਰੀ ਪਾਲੋ ਨਾ ਲੋਕਾਂ ਦੇ ਪੱਟੇ ਫਸਲਾਂ ਚਾਰੋ ਅਤੇ ਤੂੰ ਦਰਖਤ ਲੋਕਾਂ ਦੇ ਵੱਢੋ ਕੇ ਪਲਦਾ ਹਾਂ ਸਹੀ ਅਤੇ ਜੇ ਕਵੇ ਵੀ ਚਾਰ ਕੇ ਪਾਲੇ ਇਹਨੂੰ ਸਾਂਭੀਏ ਫਿਰ ਨਹੀਂ ਕੰਮ ਹੁੰਦੀ ਇਹਦੇ 'ਤੇ ਵੀ ਕਿੰਨੀ ਕੁ ਦੇਰ ਬਾਅਦ ਬੱਕਰੀ ਸੁੱਕਣ ਜਿਹੜੀ ਅੱਜ ਮਸਲਾਂ ਨੇ ਬੱਕਰੀ ਪੈਦਾ ਹੋਈ ਆ ਆਹ ਜਿਹੜੀਆਂ ਸਾਡੇ ਕੋਲ ਬੱਕਰੀਆਂ ਨਾ ਹਾਂਜੀ ਅਗਰ ਇਹਨਾਂ ਦੇ ਵਿੱਚ ਬੱਕਰਾ ਹੋਵੇ ਸਾਲ 'ਚ ਤਰੈ ਸੂਏ ਦਿੰਦੀ ਹੈ ਸਾਲ 'ਚ ਤਿੰਨ ਠੀਕ ਸਾਲ 'ਚ ਤਰੈ ਸੂਏ ਠੀਕ ਅਤੇ ਕਿੰਨੀ ਉਮਰ ਦੀ ਆਮ ਬੱਕਰੀਆਂ ਜਿਹੜੀਆਂ ਲੋਕਾਂ ਦੇ ਘਰਾਂ ਦੇ ਵਿੱਚ ਬੰਨੀਆਂ ਸਾਲ ਪਿੱਛੋਂ ਵੀ ਸੂਆ ਦਿੰਦੀਆਂ ਮਤਲਬ ਕਿੰਨੀ ਦੇਰ ਬਾਅਦ ਇੱਕ ਬੱਕਰੀ ਛੋਟੀ ਲੈ ਲਈ ਕਿੰਨੀ ਦੇਰ ਜਵਾਨ ਹੋ ਕੇ ਗੱਭਣ ਕਿੰਨੀ ਵਾਰ ਕਿੰਨੇ ਟਾਈਮ 'ਚ ਹੋ ਜਾਂਦੀ ਹੈ ਅੰਦਾਜ਼ਨ ਬੱਕਰੀ ਤਕਰੀਬਨ ਡੇਢ ਸਾਲ ਦੀ ਫੜ ਜਾਂਦੀ ਹੈ ਹਾਂਜੀ ਵੈਸੇ ਆਪਸ ਦੀ ਗੱਲ ਆ ਜਨਾਬ ਸਾਡੇ ਕੋਲ ਇੱਕ ਬੱਕਰੀ ਆ ਉੱਥੇ ਲੈ ਲਈ 11 ਮਹੀਨੇ ਦੀ ਖੁਦ ਆ ਅਤੇ 2.5 ਮਹੀਨਿਆਂ ਦੀ ਉਹ ਖੁਦ ਗੱਭਣ ਸੀਗੀ 11 ਮਹੀਨਿਆਂ ਦੇ ਵਿੱਚ ਹੀ ਅਤੇ ਉਹਨੇ ਫਲ ਸੁੱਟਿਆ ਥੋੜ੍ਹੇ ਦਿਨ ਪਹਿਲੇ ਉਹ ਵੀ ਸਰਦੀ ਦੀ ਵਜ੍ਹਾ ਨਾਲ ਅਤੇ ਅੱਲਾਹ ਦੀ ਕੁਦਰਤ ਆ ਕਿ ਜਾਨਵਰ ਨੇ ਦੁੱਧ ਦੁੱਧ ਪੀਤਾ ਹੋਵੇ ਅਤੇ ਜ਼ਰਾ ਜਾਨ 'ਚ ਹੋਵੇ ਤਾਂ ਬਿਹਤਰ ਹੋ ਜਾਂਦਾ ਕਿਉਂਕਿ ਖਲੋਤੀ ਆ ਹਾਂਜੀ ਉਹਦੇ ਹਾਣ ਦੀ ਉਹ ਪੱਟ ਹਾਂ ਉਹ ਵੀ ਇੱਦਾਂ ਹੀ ਸੂਈ ਆਪਣੇ ਵਾਲੀ ਮੇਰਾ ਖਿਆਲ ਉਹਨੇ ਵੀ ਛੇਤਾ ਹਾਂਜੀ ਯਾਨੀ ਸਾਲ ਦੇ ਵਿੱਚ 2-2.5 ਮਹੀਨਿਆਂ ਦਾ ਜਾਨਵਰ ਖੁਦ ਗੱਭਣ 10 ਮਹੀਨੇ ਤੋਂ ਬਾਅਦ ਯਾਨੀ ਖੁਦ ਜਾਨਵਰ ਅਗਰ ਬੱਕਰੀ ਛਲਾਰੂ ਨਾ ਸਿੱਟੇ ਬੱਕਰੀ ਜਾਇਆ ਨਾ ਹੋਵੇ ਬੱਕਰੀ ਵਾਲਾ ਪਾਕਿਸਤਾਨ ਖਰੀਦ ਸਕਦਾ ਹਾਂਜੀ ਯਾਨੀ ਇੰਨੀ ਪ੍ਰਾਪਰਟੀ ਆ ਬੱਕਰੀਆਂ 'ਚ ਇਸ ਤਰ੍ਹਾਂ ਹੀ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਦੁਆ ਨਾ ਇਹਨਾਂ ਨਾਲ ਔਰ ਹਰ ਅੰਬੀਆ ਕਰਾਮ ਨੇ ਬੱਕਰੀਆਂ ਚਰਾਈਆਂ ਜਨਾਬ ਇੱਦਾਂ ਹੀ ਜੀ ਇੱਦਾਂ ਹੀ ਹੈ ਔਰ ਅਸੀਂ ਵੀ ਚਾਚੇ ਹੁਣਾਂ ਕੋਲ ਮੈਂ ਬੱਕਰੀਆਂ ਦਾ ਕੰਮ ਅਸੀਂ ਸ਼ੁਰੂ ਕੀਤਾ ਨਾਲ ਅਤੇ ਚਾਚੇ ਹੁਣਾਂ ਨੂੰ ਯਾਦ ਹੋਵੇ ਅੱਜ ਤੋਂ 4-5 ਸਾਲ ਪਹਿਲੇ ਕੋਈ 15-20 ਦਿਨ ਅਸੀਂ ਚਰਾਈਆਂ ਚਾਚੇ ਹੁਣਾਂ ਦੇ ਨਾਲ ਬੱਕਰੀਆਂ ਫਿਰ ਜਾ ਕੇ ਕੋਈ ਸਮਝ ਆਈ ਕਿ ਬੱਕਰੀ ਹੈ ਕੀ ਚੀਜ਼ ਆ ਇੱਦਾਂ ਹੀ ਜਦੋਂ ਚਰਾਉਣੀਆਂ ਅਤੇ ਕੀ ਇੱਦਾਂ ਸਾਂਭਣੀ ਹੈ ਹਾਂਜੀ ਅਤੇ ਛੋਟੇ ਚਾਚਾ ਜੀ ਜਿਹੜੇ ਬੱਚੇ ਇਹਨਾਂ ਦੀ ਸਰਦੀਆਂ 'ਚ ਕੀ ਹਿਫਾਜ਼ਤ ਮਤਲਬ ਦੱਸੋ ਇਹਨਾਂ ਨੂੰ ਭਾਈ ਉਹਨਾਂ ਨੂੰ ਥੋੜ੍ਹਾ ਜਿਹਾ ਕਿੱਦਾਂ ਹਿਫਾਜ਼ਤ ਹੋ ਸਕਦੀ ਆ ਇਹਨਾਂ ਦੀ ਹਿਫਾਜ਼ਤ ਇੱਦਾਂ ਹੁੰਦੀ ਆ ਵੀ ਹੁਣ ਬੱਦੇ ਛਿਪ ਚੱਲਿਆ ਉਹਨੇ ਦੁੱਧ ਚਘਾਉਣਾ ਚੰਘਾ ਕੇ ਸੁੱਕ ਪਾਉਣੇ ਟੋਕੇ ਸਾਈ ਦੇ ਕੇ ਉੱਤੇ 3-4 ਕੱਪੜੇ ਦੇ ਦੇਣੇ ਆ 6-7 ਛਲਾਰੂਆਂ 'ਤੇ ਮਤਲਬ ਇਹ ਕਹਿੰਦਾ ਚਾਚਾ ਜੀ ਦਾ ਕਿ ਇਹਨਾਂ ਨੂੰ ਸਰਦੀ ਤੋਂ ਬਚਾਉਣਾ ਹੈ ਕਿਉਂਕਿ ਅੱਜ ਕੱਲ੍ਹ ਮੌਸਮ ਥੋੜ੍ਹਾ ਠੰਡਾ ਹੋਇਆ ਹੈ ਪਾਕਿਸਤਾਨ ਦੇ ਵਿੱਚ ਦਸੰਬਰ ਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਦਸੰਬਰ ਜ਼ਰਾ ਦਸੰਬਰ ਜਨਵਰੀ ਫਰਵਰੀ ਇਹ 2-3 ਮਾਹ ਜਿਹੜੇ ਤੁਹਾਨੂੰ ਪਤਾ ਹੈ ਕਿ ਇਹ ਸਰਦੀ ਦੇ ਹੁੰਦੇ ਨੇ ਅਤੇ ਇਸ ਵਾਸਤੇ ਇਹ ਛੋਟੇ ਬੱਚਿਆਂ ਦੀ ਹਿਫਾਜ਼ਤ ਕਰਨੀ ਸਾਰਿਆਂ ਤੋਂ ਵੱਡੀ ਜ਼ਿੰਮੇਵਾਰੀ ਹੈ ਬੱਕਰੀਆਂ ਮਾਸ਼ਾਅੱਲਾ ਹੁਣ ਆਪਣੇ ਮੂੰਹ ਸਿਰ ਹੋ ਜਾਂਦੀਆਂ ਨੇ ਪੰਜਾਬੀ 'ਚ ਜਿਵੇਂ ਕਹੀਏ ਵੱਡੀਆਂ ਹੋ ਜਾਂਦੀਆਂ ਅਤੇ ਉਹ ਆਪਣੀ ਹਿਫਾਜ਼ਤ ਥੋੜ੍ਹੀ ਕਰ ਲੈਂਦੀਆਂ ਨੇ ਲੇਕਿਨ ਇਹਨਾਂ ਦੀ ਹਿਫਾਜ਼ਤ ਆਪ ਕਰਨੀ ਪੈਂਦੀ ਥੋੜ੍ਹੀ ਇਹਨਾਂ ਵਾਸਤੇ ਸਪੈਸ਼ਲ ਚਾਚਾ ਜੀ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਲੱਕੜ ਦੀ ਬਣਾ ਕੇ ਨਾ ਟੋਕਰੀ ਟਾਈਪ ਵੱਡੇ ਟੋਕਰੇ ਹੁੰਦੇ ਨੇ ਉਹਨਾਂ ਦੇ ਨੀਚੇ ਰੱਖ ਕੇ ਉਹਨਾਂ ਨੀਚੇ ਪਲ ਪਾ ਕੇ ਉੱਤੇ ਦੇ ਕੇ ਉੱਤੇ ਕੱਪੜੇ ਛੱਪੜੇ ਦੇ ਕੇ ਮੁਕੰਮਲ ਜਿਹੜਾ ਨਾ ਲਾਈਕ ਹੀਟਰ ਵਾਲਾ ਨਿਜ਼ਾਮ ਇਹਨਾਂ ਨੂੰ ਦੇ ਦਿੰਦੇ ਨੇ ਆਪਾਂ ਪੰਜਾਬੀ ਨਿਜ਼ਾਮ 'ਚ ਦੱਸੀਏ ਅਤੇ ਜਨਾਬ ਇੱਧਰ ਭਾਈ ਹੋਣੀ ਸਾਡੇ ਅਸਲ ਮਿਹਨਤ ਇਹ ਕਰਦੇ ਆ ਸਾਰਾ ਦਿਨ ਜਾਨਵਰਾਂ ਦੇ ਨਾਲ ਰਹਿਣਾ ਜਾਨਵਰਾਂ ਦੇ ਨਾਲ ਉਹਨਾਂ ਨੂੰ ਪਿਆਰ ਕਰਨਾ ਸਾਡੇ ਨਾਲ ਤਾਂ ਜ਼ਿਆਦਾ ਇਹਨਾਂ ਦਾ ਪਿਆਰ ਜਾਨਵਰਾਂ ਦੇ ਨਾਲ ਆ ਇਹ ਭਾਈ ਮੁਹੰਮਦ ਆਸਫ ਇਹਨਾਂ ਦਾ ਨਾਮ ਆ ਸਾਡੇ ਪਿੰਡ ਦੇ ਹੀ ਨੇ ਅਤੇ ਚਾਚਾ ਜੀ ਦੇ ਭਤੀਜੇ ਵੀ ਆ ਅਤੇ ਇਕੱਠੇ ਇੱਥੇ ਡੇਰੇ ਰਹਿੰਦੇ ਹਾਂ ਅਸੀਂ ਜਨਾਬ ਇਹਨਾਂ ਵਾਸਤੇ ਇੱਕ ਅੱਛਾ ਜਿਹਾ ਜਿਹੜਾ ਲਾਈਕ ਆ ਤੁਸੀਂ ਜ਼ਰੂਰ ਕਰਿਆ ਜੀ ਇਹ ਛੋਟੇ ਜਾਨਵਰਾਂ ਨੂੰ ਦੁੱਧ ਪਿਲਾਉਣ ਦਾ ਟਾਈਮ ਸ਼ੁਰੂ ਹੋ ਗਿਆ ਤੇ ਭਾਈ ਜਰਾ ਰਨ ਛੋੜ ਰਹੇ ਤੁਸੀਂ ਇਹਨਾਂ ਨੂੰ ਨਿਕਲਦੇ ਹੋਏ ਜਰਾ ਕੱਢੋ ਜੀ ਇਹਨਾਂ ਨੂੰ ਬਾਹਰ ਜੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਚੜ ਜੇ ਇਹ ਉਧਰ ਦੇ ਆ ਜਾ ਜੀ ਲੈ ਕੇ ਜਾ ਉਧਰ 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 ਵੀ ਚਾਚਾ ਜੀ ਦੇ ਕੋਲ ਵੀਡੀਓ ਬਣਾ ਦੇ ਬੱਕਰੀਆਂ ਖੁਦ ਹੀ ਚੁਗਾ ਦਿੰਦੀਆਂ ਆਪਣੇ ਜਾਨਵਰਾਂ ਨੂੰ ਛੋਟੇ ਬੱਚਿਆਂ ਨੂੰ ਦੁੱਧ
ਇਹ ਜਦੋਂ ਕਿਤੇ ਸੂਣ ਤੋਂ ਬਾਅਦ ਭੁੱਲ ਜਾਂਦੀਆਂ ਕਿ ਸਾਡਾ ਕੋਈ ਬੱਚਾ ਨਹੀਂ ਹੈਗਾ। ਸਿਰਫ ਇਹਦੇ ਨਾਲ ਹੀ ਪ੍ਰੋਬਲਮ ਦੇਖ ਲਓ ਮਾਸ਼ਾਅੱਲਾ, ਬਾਕੀ ਉਹ ਬੱਕਰੀਆਂ ਦੋਨੋਂ ਜਿਹੜੀਆਂ ਆਪ ਜਗਾ ਰਹੀਆਂ। ਔਰ ਅੱਲਾ ਦੀ ਕੁਦਰਤ ਹੈ ਕਿ ਇੱਕ ਜਾਨਵਰ ਜਿਹੜਾ ਬੱਚਾ ਵਾ ਉਹ ਆਪਣੀ ਮਾਂ ਦੇ ਕੋਲ ਹੀ ਡਾਇਰੈਕਟ ਪਹੁੰਚਦਾ ਵਾ। ਦੇਖੋ ਮੁਖਤਲਫ ਬੱਕਰੀਆਂ ਅਤੇ ਮੁਖਤਲਫ ਉਹਨਾਂ ਦੇ ਬੱਚੇ ਆ, ਆਪਣੀ ਮਾਂ ਦੇ ਨੀਚੇ ਹੀ ਪਹੁੰਚੇ ਨੇ ਇਹ। ਸਿਰਫ ਆਹ ਇੱਕ ਬੱਕਰੀ ਥੋੜ੍ਹਾ ਜਿਹਾ ਤੰਗ ਕਰਦੀ ਹੈ, ਬਾਕੀ ਆਮ ਰੂਟੀਨ 'ਚ ਬੱਕਰੀਆਂ ਆਪਣੇ ਬੱਚੇ ਨੂੰ ਖੁਦ ਹੀ ਦੁੱਧ ਨਾ ਪਿਆ ਦਿੰਦੀਆਂ। ਸਭ ਨਾਲੋਂ ਵੱਡੀ ਚੀਜ਼ ਇਹਦੇ ਲਈ ਸਾਫ਼ ਸੁਥਰਾ ਪਾਣੀ ਚਾਹੀਦਾ। ਵਿੱਚ ਖਾਲੇ ਦਾ ਪਾਣੀ ਨਹੀਂ ਲੱਗਦਾ ਇਹਨੂੰ? ਨਹੀਂ, ਨਮਕੀਨ ਜਾਂ ਮਿੱਠੇ ਦਾ ਤਾਂ ਨਹੀਂ ਰੌਲਾ। ਦੂਸਰਾ ਇਹ ਆ ਕਿ ਰਾਣਾ ਸਾਹਿਬ, ਸਪਰੇਅ ਲੈਣ ਵਾਲਾ ਬੰਦਾ ਹੋਰ ਹੁੰਦਾ, ਕਰਨ ਵਾਲਾ ਹੋਰ ਹੁੰਦਾ ਵਾ ਜੀ। ਜਿਹਨੇ ਕਰਨੇ ਆ ਨਾ ਉਹਦੇ ਸਮੇਂ ਲਓ 50 ਨੰਬਰ ਆ ਜੀ, ਠੀਕ ਹੋ ਗਿਆ। ਜਿਹਨੇ ਲੈ ਕੇ ਆਉਣੀ ਉਹਦੇ 10 ਹੀ ਆ, ਜੇ ਉਹ ਕਰ ਜਾਵੇ ਤਾਂ 50 ਦੇ ਵੀ 100 ਲੈ ਸਕਦਾ ਵਾ। ਵੈਰੀ ਗੁੱਡ। ਅਗਰ ਅੱਛੇ ਤਰੀਕੇ ਨਾਲ ਜਿਸ ਤਰ੍ਹਾਂ ਦੱਸਿਆ ਜਾਂਦਾ ਉਸ ਤਰ੍ਹਾਂ ਕਰ ਲਵੇ ਨਾ ਸਹੀ, ਸਾਰਾ ਹੀ ਫਾਇਦਾ ਹੁੰਦਾ। ਅਗਰ ਗੱਲ ਸੁਣ ਕੇ ਆਰ ਪਾਰ ਕਰਨੀ ਫਿਰ ਚੈੱਕ ਨਾ ਕਰਨਾ ਬਿਹਤਰ ਉਹਦੇ ਨਾਲ। ਸਰ ਜੀ, ਆਪ ਇਸਕੇ ਬਾਰੇ ਮੈਂ ਥੋੜ੍ਹਾ ਗਾਈਡ ਕਰੇ ਕਿ ਅਗਰ ਹਮ ਸਪਰੇਅ ਕਰੇ ਤੋ ਇਸਕੋ ਕਰਨੇ ਕਾ ਕਿਆ ਤਰੀਕਾ ਕਾਰ ਹੈ, ਕਿਸ ਤਰੀਕੇ ਸੇ ਸਪਰੇਅ ਕੀ ਜਾਏ ਤੋ ਯੇ ਬਹੁਤ ਅੱਛੀ ਫਸਲ ਮੇ ਹੋਤਾ ਹੈ, ਇਸਮੇ ਹਮਕੋ ਰਿਜ਼ਲਟ ਬਹੁਤ ਅੱਛਾ ਮਿਲਤਾ ਹੈ। ਪਹਿਲੀ ਬਾਤ ਇਹ ਹੈ ਕਿ ਅਗਰ ਸਾਫ਼ ਸੁਥਰਾ ਪਾਣੀ ਮਿਲ ਜਾਏ ਇਸਕੇ ਲੀਏ, ਔਰ ਏਕੜ ਕੇ ਲੀਏ 100 ਸੇ 120 ਲੀਟਰ ਪਾਣੀ ਹੈ ਜੀ ਮੈਕਸੀਮਮ, ਤੋ ਕਰਨੇ ਵਾਲੇ ਪੇ ਹੋਤੇ ਵੋ ਕਿਆ ਕਰਤਾ ਹੈ ਜੀ? ਜੀ ਵੋ ਹਮ ਆਪਸੇ ਪੁੱਛਣਾ ਚਾਹ ਰਹੇ ਹਾਂ, ਵੀਵਰ ਕੋ ਦਿਖਾਨਾ ਚਾਹ ਰਹੇ ਹਾਂ ਕਿ ਹਮੇ ਯੇ ਸਾਰਾ ਮੈਂ ਬਤਾਏਂਗੇ ਕਿ ਕਿਸ ਤਰ੍ਹਾਂ ਕਰਨੇ ਕਾ ਤਰੀਕਾ ਜਿਸਸੇ ਆਪਕੋ ਰਿਜ਼ਲਟ ਅੱਛੇ ਮਿਲੇਂਗੇ। ਜਨ ਮੈਨੇ ਬਤਾਇਆ ਕਿ ਅਗਰ ਕਰਨੇ ਵਾਲੇ ਪੇ ਡਿਪੈਂਡ ਕਰਤਾ ਕਿ ਅਗਰ ਹਮ ਉਸਕੋ ਬਤਾਤੇ ਹੈ ਨਾ ਕਿ ਅਗਰ 100 ਲੀਟਰ ਜਾਂ 120 ਲੀਟਰ ਪਾਣੀ ਇਸਤੇਮਾਲ ਕਰਨਾ ਹੈ, ਅਗਰ ਤੋ ਵੋ ਹਮਾਰੀ ਬਾਤ ਪੇ ਅਮਲ ਕਰਤਾ ਹੈ ਤੋ ਅੱਛੇ ਰਿਜ਼ਲਟ ਆਏਂਗੇ ਜੀ। ਠੀਕ ਹੈ, ਇਸ ਤਰ੍ਹਾਂ ਹਮ ਬਤਾਏਂਗੇ ਜੀ ਜੀ। ਅਗਰ ਵੋ ਆਪਣੀ ਮਰਜ਼ੀ ਕਰਤਾ ਹੈ ਫਿਰ ਉਸਸੇ ਬਿਹਤਰ ਹੈ ਕਿ ਨਾ ਕਰੇ ਜੀ ਜੀ। ਠੀਕ ਹੋ ਗਿਆ। ਅਜੇ ਮੈਂ ਸਪਰੇਅ ਕਰ ਰਹਾ ਹੂੰ HSC ਗਰੁੱਪ ਪੈਟਰੋਨ ਗਰੁੱਪ ਇਹ ਸਪਰੇਅ ਹੈ, ਇਸਮੇ ਤਮਾਮ ਜੜੀ ਬੂਟੀਆਂ ਹੈ, ਚੌੜਾ ਨਕੀਲਾ ਸਭ, ਸਖਤ ਜਾਨ ਨਰਮ ਸਭ ਜੜੀ ਬੂਟੀਆਂ ਕਾ ਇਹ ਸਪਰੇਅ ਹੈ, ਇਸਮੇ 3 ਜਾ ਰਹੇ ਹੈ ਜੀ ਜੀ। ਠੀਕ ਹੈ, ਅਗਰ ਇਹ ਅੱਛੇ ਤਰੀਕੇ ਸੇ ਹੋ ਜਾਏ ਨਾ ਤੋ ਸੋਨੇ ਪੇ ਸੁਹਾਗਾ ਹੈ ਜੀ ਜੀ। ਅਗਰ ਐਸੇ ਹੀ ਜਾਨ ਚੜਵਾਨੀ ਹੋ ਤੋ ਵੋ 3 ਟੈਂਕੀਆਂ ਸੇ ਵੀ ਕਰ ਦਿੰਦੇ ਹੈ, 4 ਸੇ ਵੀ ਕਰ ਦਿੰਦੇ ਹੈ। ਬਿਹਤਰ ਹੈ ਕਿ ਅੱਛੇ ਤਰੀਕੇ ਸੇ ਬਤਾਏ ਹੋਏ ਤਰੀਕੇ ਸੇ ਕਰੇ, ਸਭਸੇ ਅੱਛੇ ਰਿਜ਼ਲਟ ਆਏਗੇ ਔਰ ਫਸਲ ਅੱਛੀ ਹੋਗੀ, ਪੈਦਾਵਾਰ ਵੀ ਅੱਛੀ ਹੋਗੀ। ਲੈ ਜੀ, ਅਭੀ ਹਮ ਆਪਕੋ ਸਪਰੇਅ ਕਰਕੇ ਦਿਖਾਤੇ ਹੈਂ, ਯੇ ਆਪਕੇ ਸਾਹਮਨੇ ਆਪਨੇ ਉਹਨਾਂ ਨੇ ਬਤਾਇਆ ਹਮੇਂ ਕਿ ਸਪਰੇਅ ਕਰਨੇ ਕਾ ਤਰੀਕਾ ਬਿਹਤਰ ਯਹੀ ਹੈ ਕਿ ਆਪ ਇਸਕੇ ਅੰਦਰ ਅੱਛੇ ਸੇ ਸਪਰੇਅ ਕਰੇਂ, ਔਰ ਯੇ ਜੋ ਸਪਰੇਅ ਅੱਜ ਅੱਜ ਕੀ ਉਹਨਾਂ ਨੇ ਬਤਾਈ ਹੈ ਯੇ ਸਭਸੇ ਅੱਛੀ ਸਪਰੇਅ ਪੈਟਰੋਨ ਗਰੁੱਪ ਕੀ ਹੈ, ਸਭਸੇ ਅੱਛੀ ਸਪਰੇਅ ਹੈ ਜੀ, ਔਰ ਇਸਕੋ ਅਭੀ ਯੇ ਭਾਈ ਆਪਕੋ ਕਰਕੇ ਦਿਖਾਏਂਗੇ ਜੀ।
जी जनाब, ये हम आज आप अपने दोस्त मुजाह साहब के पास आए थे। माशाल्लाह इन्होंने अपना गांव भी तट करवाया, बहुत मज़ा आया। ये आपने देखा होगा सारी चीज़ें, और अभी हम मुजाह साहब से पूछेंगे कि ये हमें बताएं कि विलेज लाइफ में और जो है वो सिटी लाइफ में क्या डिफरेंस है। लोग जो है ना मोस्टली वो कह रहे हैं कि लो जी सिटी लाइफ में जाना चाहिए। अभी हम ये आपको दिखाने का मकसद ही सारा कुछ ये था कि आपको बताएं और दिखाएं कि विलेज लाइफ में कितना मज़ा और कितना सुकून है। ये भी आप मुजाह साहब आपको बताते हैं। जी सर, बहुत शुक्रिया आपने मुझे टाइम दिया। ऐसा ये है सर कि एक ना इंटरनेशनली ये ट्रेंड सेट कर दिया है कि लोग शहरों में मतलब शिफ्ट हो जाए ना, गांव में सूर्यार कम होने की वजह से शहरों में जा रहे हैं। जी जी। तो शहरों की आबादी जब बढ़ जाती है तो बायोलॉजी में या साइंटिफिक टर्म में ना उसको बोला जाता है अर्बनाइजेशन। जी जी। तो इसके नतीजे में होता ही है कि शहरों में रश बढ़ जाता है। जी जी। तो शहरों के लोग भी तंग होते हैं। जी। जो समझे गांव का एक दरमियाने तबके का शख्स था, शहर में जाके शहर का गरीब बन जाता है। जी जी बिल्कुल। तो रहना चाहिए अपनी नेचर में, जिधर घर मिला हुआ, क्योंकि जिमीदार अक्सर जो है ना सर करते हैं जिमीदार है, यानी गांव के लोग। जी जी। तो उनको अपनी फसलों के, अपने खेतों के पास, डेरे के पास अपने हिसाब से रहना चाहिए। जी तो गांव में हमने आज भी देखा है किसी के फौतगी हो जाए ना, तो यार यकीन मानो कि एक बंदे को टेंशन नहीं होती, घर वाले को, सारे हमसाये देख रहे होते हैं। ये बिल्कुल सही बात है जी, हमने अपने बड़ों से भी यही सुना है, यही देखा है जो मुजाह साहब बता रहे हैं कि बिल्कुल किसी गांव में आप रहते हैं तो गांव में अगर किसी की फौतगी हो जाती है तो गांव वाले को, किसी को अपने घर वाले को किसी को पता भी नहीं होता कि भाई हमने अपने फौतगी इंतजाम क्या करना है। और सबसे बड़ी बात यह है कि गांव वाले सारे मिलकर इकट्ठे चलते हैं। आप एक गाँव की फौतगी में देखेंगे, उनके जनाजा आप देखेंगे कि उनके जनाजे में माशाल्लाह से लोग होते हैं कि आपको गिन के नहीं बता सकते। और अगर आप सिटी के जनाजे की बात करें, लाइक लाहौर की बात ही कर लेते हैं, तो अगर आप इस तरह की सिटीज में चले जाएं तो वो साथ वाले हमसाये को नहीं पता होता कि भाई कौन फोत हुआ है। ऐसे ही है सर, यहाँ पे सर एक दूसरे के साथ ना लोग मोहब्बत से रहते हैं। तो मैं, मुझे कई बार मौका मिला शहर में घर बनाने का, सोचने का, तो मैंने बरलना, जैसे नहीं लड़कियां अपने ससुराल जाते हुए परेशान होती, मेरे लिए तो ये सीन ऐसा हो जाता है। तो यानी मुझे दुख होता है कि मैं क्यों शहर में जाके रहूं यार, मेरे दोस्त, हमारा माहौल बना हुआ है बरल, अच्छा माहौल है। अल्लाह गांव को भी तंदुरुस्ती दे जी, पूरे गांव वालों को। तो आपका भी शुक्रिया, आप तशरीफ लाए सर। सर जी बहुत शुक्रिया मुजाह साहब का जी, उन्होंने हमें टाइम दिया। और अगर आपको हमारी वीडियो अच्छी लगी तो प्लीज़ इसको लाइक एंड सब्सक्राइब कर दीजिएगा, और इसके नीचे अच्छे अच्छे व्यू और कमेंट दीजिएगा, और हमें बताइएगा इसमें मोर, अगर हम आपके लिए कुछ अच्छा कर सकते हैं तो इंशाल्लाह नेक्स्ट वीडियो में हम आपको अच्छा करके दिखाएंगे। आपका मेज़बान शान जाट, अस्सलाम वालेकुम।